ਸ਼ਰਾਬ ਦੇ ਨਸ਼ੇ ਦੇ ਵਿੱਚ ਸ਼ਖਸ ਨੇ ਆਪਣੇ ਹੀ ਚਾਚੇ ਦਾ ਕਰ ਦਿੱਤਾ ਕਤਲ। ਚਾਰ ਮਰਲੇ ਜ਼ਮੀਨ ਨੂੰ ਲੈ ਕੇ ਆਪਸੀ ਵਿਵਾਦ ਚੱਲ ਰਿਹਾ ਸੀ ਅਤੇ ਨਸ਼ੇ 'ਚ ਧੋਤਾ ਇਸ ਸ਼ਖਸ ਦੇ ਵੱਲੋਂ ਆਪਣੇ ਹੀ ਚਾਚੇ ਦਾ ਡੰਡੇ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ। ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਨੇ ਚਾਰ ਮਰਲੇ ਦੀ ਜ਼ਮੀਨ ਦੇ ਵਿੱਚ ਹਿੱਸੇ ਨੂੰ ਲੈ ਕੇ ਆਪਣੇ ਚਾਚੇ ਦਾ ਕਤਲ ਕਰ ਦਿੱਤਾ ਹੈ। ਹਾਲਾਂਕਿ ਰਾਤ ਦੇ ਵੇਲੇ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਇੰਨਾ ਧੁੱਤ ਸੀ ਕਿ ਉਸਨੇ ਪਹਿਲਾਂ ਆਪਣੇ ਚਾਚੇ ਦੇ ਨਾਲ ਕੁੱਟਮਾਰ ਕੀਤੀ ਅਤੇ ਕੁੱਟਮਾਰ ਤੋਂ ਬਾਅਦ ਗੱਲ ਇਸ ਹੱਦ ਤੱਕ ਵੱਧ ਗਈ ਕਿ ਉਸਨੇ ਡੰਡੇ ਮਾਰ ਮਾਰ ਕੇ ਆਪਣੇ ਚਾਚੇ ਦਾ ਕਤਲ ਕਰ ਦਿੱਤਾ। ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ ਅਤੇ ਉਕਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਉਸਦੇ ਵੱਲੋਂ ਜਿਸ ਡੰਡੇ ਦੇ ਨਾਲ ਆਪਣੇ ਚਾਚੇ ਦਾ ਕਤਲ ਕੀਤਾ ਗਿਆ ਉਸ ਨੂੰ ਵੀ ਪੁਲਿਸ ਨੇ ਬਰਾਮਦ ਕੀਤਾ ਹੈ। ਹਾਲਾਂਕਿ ਚਾਰ ਮਰਲੇ ਦੇ ਜ਼ਮੀਨ ਨੂੰ ਲੈ ਕੇ ਸ਼ਖਸ ਦਾ ਆਪਣੇ ਚਾਚੇ ਦੇ ਨਾਲ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਇਸਦਾ ਕਹਿਣਾ ਸੀ ਕਿ ਮੈਨੂੰ ਹੋਰ ਹਿੱਸਾ ਚਾਹੀਦਾ, ਪਰ ਗੱਲ ਇਸ ਹੱਦ ਤੱਕ ਵੱਧ ਗਈ ਕਿ ਪਹਿਲਾਂ ਬਹਿਸਬਾਜ਼ੀ ਹੁੰਦੀ ਹੈ ਅਤੇ ਫਿਰ ਇਹ ਸ਼ਖਸ ਸ਼ਰਾਬ ਦੇ ਨਸ਼ੇ ਦੇ ਵਿੱਚ ਧੋਤਾ ਆਉਂਦਾ ਹੈ ਅਤੇ ਆਪਣੇ ਚਾਚੇ 'ਤੇ ਆ ਕੇ ਤਾਬੜ ਤੋੜ ਡੰਡਿਆਂ ਦੇ ਨਾਲ ਵਾਰ ਕਰਦਾ ਹੈ। ਦੋਵਾਂ ਵਿਚਾਲੇ ਕਹਿ ਸਕਦੇ ਹਾਂ ਕਿ ਪਹਿਲਾਂ ਬਹਿਸ ਹੁੰਦੀ ਹੈ, ਫਿਰ ਗੱਲ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਸ਼ਖਸ ਦੇ ਵੱਲੋਂ ਆਪਣੇ ਚਾਚੇ ਦਾ ਹੀ ਕਤਲ ਕਰ ਦਿੱਤਾ ਜਾਂਦਾ ਹੈ। ਫਿਲਹਾਲ ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਅਤੇ ਇਸ ਸੰਬੰਧੀ ਜੋ ਅੱਗੇ ਦੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। 17-18 ਦੀ ਰਾਤ ਦੇ ਜਿਹੜਾ ਵੱਕੋ ਹੈਗਾ ਸੀ ਸਦਰ ਹੁਸ਼ਿਆਰਪੁਰ ਦੇ ਵਿੱਚ, ਔਰ ਸਾਨੂੰ ਰਿਪੋਰਟਿੰਗ ਮੋਰਨਿੰਗ ਟਾਈਮ ਹੋਇਆ ਸੀਗਾ ਵੀ ਇੱਕ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ, ਔਰ ਇਮੀਡੀਏਟਲੀ SHO ਸਦਰ ਸੋਮਨਾਥ ਜੀ, DSP ਸਿਟੀ ਦੀਪਕਰਨ ਜੀ ਉੱਥੇ ਮੂਵ ਹੋਏ। ਇਹਨਾਂ ਨੇ ਮੌਕੇ ਦੇ ਹਾਲਾਤ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆਂਦੇ ਔਰ ਸਾਡੀਆਂ ਵੱਖ ਵੱਖ ਟੀਮਾਂ ਉੱਥੇ ਮੂਵ ਹੋਈਆਂ ਔਰ ਇਮੀਡੀਏਟਲੀ ਉਹਦੀ ਕਾਰਵਾਈ ਕਰਦੇ ਹੋਏ, ਔਰ ਜਿਹੜਾ ਇਹ ਮਰਨ ਵਾਲਾ ਸੀਗਾ ਆਪਣਾ ਆਦਮਵਾਲ ਪਿੰਡ ਤੋਂ, ਇਹਦਾ ਨਾਂ ਹੈਗਾ ਸੀਗਾ ਵਰਿੰਦਰ, ਔਰ ਇਹਦੇ ਭਤੀਜੇ ਨੇ ਹੀ ਇਹਦਾ ਮਰਡਰ ਕਰ ਦਿੱਤਾ ਸੀਗਾ, ਜਿਹੜਾ ਅਮਨ ਸੰਧੂ ਨਾਂ ਦਾ ਸੀਗਾ। ਔਰ ਜਿਹੜੀ ਇਹਦੀ ਮੇਨ ਸੀਗੀ ਪ੍ਰੋਬਲਮ, ਇਹਨਾਂ ਦੀ ਕੋਈ 4-5 ਮਰਲੇ ਨੂੰ ਲੈ ਕੇ ਇਹਨਾਂ ਦਾ ਡਿਸਪਿਊਟ ਸੀ ਆਪਣੇ ਚਾਚੇ ਦੇ ਨਾਲ, ਔਰ ਇਹਨੇ ਰਾਤ ਨੂੰ ਡਰਿੰਕ ਕੀਤੀ ਹੋਈ ਸੀਗੀ ਔਰ ਡਰਿੰਕ ਦੌਰਾਨ ਹੀ ਇਹਨੇ ਇੰਨੇ ਕੁ ਜ਼ਿਆਦਾ ਉਹਨੂੰ ਕੁੱਟਮਾਰ ਕੀਤੀ ਕਿ ਉਹਦੀ ਮੌਕੇ 'ਤੇ ਹੀ ਡੈਥ ਹੋ ਗਈ। ਔਰ ਇਮੀਡੀਏਟਲੀ ਅਸੀਂ FIR ਨੰਬਰ ਦਰਜ ਕੀਤੀ 174 103 BNS ਦੇ ਵਿੱਚ, ਜਿਹੜੀ ਇਕੁਅਲ 302 ਹੈਗੀ ਆ, ਔਰ ਇਸ ਦੋਸ਼ੀ ਨੂੰ ਅਰੈਸਟ ਕੀਤਾ। ਔਰ ਜਿਹੜਾ ਇਹਨੇ ਵਾਰਦਾਤ 'ਚ ਵਰਤਿਆ ਵੈਪਨ ਸੀਗਾ ਡੰਡਾ ਮੋਟਾ ਹੈਗਾ ਜਿਹੜਾ, ਉਹ ਜਿਹਦੇ ਨਾਲ ਇਹਨੇ ਵਾਰਦਾਤ ਕੀਤੀ ਸੀ ਉਹ ਰਿਕਵਰ ਕੀਤਾ, ਔਰ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਆ ਹਾਲੇ ਚੱਲ ਰਹੀ ਹੈ। ਇਹ ਉੱਥੋਂ ਚਲਾ ਗਿਆ ਸੀਗਾ, ਨਹੀਂ ਕੋਈ ਇਹੋ ਜਿਹਾ ਕੇਸ ਨਹੀਂ ਹੈਗਾ। ਔਰ ਜਿਹੜੀ ਇਹਦੀ ਰੈਪੂਟੇਸ਼ਨ ਆ ਮੁਹੱਲੇ ਦੇ ਵਿੱਚ, ਇਹ ਡਰਿੰਕਰ ਹੈਗਾ, ਸ਼ਰਾਬ ਸ਼ਰੂਬ ਪੀਂਦਾ ਆਦਿ ਹੈਗਾ ਆ, ਔਰ ਉਸ ਦਿਨ ਵੀ ਇਹਨੇ ਪਹਿਲਾਂ ਇਹਨਾਂ ਦਾ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਗੱਲਬਾਤ ਹੋਈ ਸੀ, ਪਰੰਤੂ ਇਹਨੇ ਆਪਣਾ ਹਿੱਸਾ ਵੇਚ ਚੁੱਕਾ ਸੀ, ਇਹੋ ਜਿਹੀ ਇਹਨਾਂ ਦੀ ਡਿਸਪਿਊਟ ਸੀਗਾ। ਇਹ ਆਪਣਾ ਕਹਿੰਦਾ ਸੀ ਮੇਰਾ ਹੋਰ ਹਿੱਸਾ ਬਣਦਾ। ਮੈਂ ਤੁਹਾਨੂੰ ਹੁਣੀ ਕਿਹਾ ਨਾ ਵੀ ਹਾਲੇ ਇੱਕ ਬੰਦਾ ਅਸੀਂ ਅਰੈਸਟ ਕੀਤਾ ਹੈਗਾ, ਔਰ ਫਰਦਰ ਇਨਵੈਸਟੀਗੇਸ਼ਨ ਕੋਈ ਵੀ ਹੋਵੇ, ਭਰਾ ਹੋਵੇ ਕੋਈ ਹੋਵੇ, ਉਹ ਇਹਦੇ 'ਚ ਬੁੱਕ ਹੋਊਗਾ। ਡੰਡੇ ਦੇ ਨਾਲ ਮਾਰਿਆ ਸੀ, ਜਿੱਦਾਂ ਮੋਟਾ ਨਹੀਂ ਹੁੰਦਾ ਬਾਲਾ ਟਾਈਪ, ਆਹ ਜਿਸ ਤਰ੍ਹਾਂ ਮੋਟਾ ਡਾਂਗ ਪਈ ਇਹ,
ਇਹਦੇ ਨਾਲ ਹੀ ਕੁੱਟ ਕੁੱਟ ਕੇ ਉਹਨੇ ਉਨਾ ਚਿਰ ਮਾਰੀ ਗਿਆ ਡੱਡੇ ਜਿੰਨਾ ਚਿਰ ਉਹਦੀ ਬੇਹੋਸ਼ ਨਹੀਂ ਹੋ ਗਿਆ ਜਾਂ ਡੈਥ ਨਹੀਂ ਹੋ ਗਈ। ਨਹੀਂ ਹਾਲੇ ਤੱਕ ਸਾਡੇ ਕੋਲ ਦੇਖੋ ਰਿਮਾਂਡ 'ਤੇ ਹੈਗਾ, ਜੇ ਦੂਜਾ ਨਸ਼ਾ ਕਰਦਾ ਹੁੰਦਾ ਤੁਹਾਨੂੰ ਲੱਗ ਜਾਣਾ ਹੀ ਪਤਾ, ਡਰਿੰਕ ਕਰਦਾ।